ਅਸਲਾਮੁਅਲੈਕੁਮ ਭਾਈ ਜਾਨ, ਕੀ ਹਾਲ ਹੈ? ਠੀਕ ਹੋ? ਮੈਂ ਅਲੀ ਰਜ਼ਾ ਡੋਗਰ, ਡੋਗਰ ਮੋਟਰਸ ਨਨਕਾਣਾ ਸਾਹਿਬ, ਮੇਨ ਬ੍ਰਾਂਚ ਤੋਂ ਤੁਹਾਡਾ ਭਾਈ, ਤੁਹਾਡਾ ਖਾਦਮ, ਤੁਹਾਡੇ ਨਾਲ ਮੁਖਾਤਿਬ ਹਾਂ ਜਨਾਬ। ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ, ਔਰ ਇਹ ਮੇਰਾ ਪਹਿਲਾ ਵਲੌਗ ਹੈ ਜੀ ਯੂਟਿਊਬ 'ਤੇ। ਅੱਜ ਇਤਵਾਰ ਦਾ ਦਿਨ ਹੈ ਔਰ ਅਸੀਂ ਹਰ ਇਤਵਾਰ ਵਾਲੇ ਦਿਨ ਬਹੁਤ ਵੱਡਾ ਕਾਰ ਮੇਲਾ ਗੱਡੀਆਂ ਦਾ ਮੁਨਕਦ ਕਰੀਦਾ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ, ਮੋਟਰਵੇ M3 ਇੰਟਰਚੇਂਜ ਨਨਕਾਣਾ ਸਾਹਿਬ ਤੋਂ 1 ਕਿਲੋਮੀਟਰ 'ਤੇ ਜਿਨ ਪੈਟਰੋਲ ਪੰਪ ਹੈ ਉਹਦੇ ਉੱਪਰ ਸਾਡਾ ਸ਼ੋਰੂਮ ਹੈ। ਉੱਥੇ ਅਸੀਂ ਕਾਰ ਮੇਲਾ ਗੱਡੀਆਂ ਦੀ ਖਰੀਦੋ ਫਰੋਖਤ ਦਾ ਮੁਨਕਦ ਕਰੀਦਾ, ਜਿੱਥੇ ਅਸੀਂ ਗੱਡੀਆਂ ਦੀ ਨਿਲਾਮੀ ਕਰਨੀ। ਔਰ ਅਸੀਂ ਪਹਿਲੇ ਪਾਕਿਸਤਾਨੀ ਹਾਂ ਜਿਹੜੇ ਜਿਨ੍ਹਾਂ ਨੇ ਇਹ ਨਵਾਂ ਟਰੈਂਡ ਲਿਆਂਦਾ ਪਾਕਿਸਤਾਨ ਦੇ ਵਿੱਚ, ਅਸੀਂ ਗੱਡੀਆਂ ਦੀ ਨਿਲਾਮੀ ਕਰਨੇ ਹਾਂ। ਇਹ 2 ਵਜੇ ਅੱਜ ਦੁਪਹਿਰ ਦੇ ਗੱਡੀਆਂ ਦੀ ਨਿਲਾਮੀ ਸਟਾਰਟ ਕੀਤੀ ਜਾਏਗੀ ਔਰ ਰਾਤ ਤੱਕ ਚੱਲੇਗੀ। ਅਸੀਂ ਤੁਹਾਨੂੰ ਸਾਰੇ ਮਨਾਜ਼ਰ ਦਿਖਾਵਾਂਗੇ, ਜਿਸ ਜਿਸ ਤਰ੍ਹਾਂ ਗੱਡੀਆਂ ਦੀ ਨਿਲਾਮੀ ਹੁੰਦੀ, ਜਿਸ ਤਰ੍ਹਾਂ ਸੇਲਿੰਗ ਪਰਚੇਜ਼ਿੰਗ ਹੁੰਦੀ ਹੈ, ਕਿਉਂਕਿ ਪੂਰੇ ਪਾਕਿਸਤਾਨ ਤੋਂ ਅੱਜ ਸਾਡੇ ਫੈਨ ਫੋਲੋਵਰਸ, ਦੋਸਤ, ਸਾਡੇ ਸਬਸਕ੍ਰਾਈਬਰਸ ਆ ਰਹੇ ਨੇ ਸਾਡੇ ਕੋਲ ਗੱਡੀਆਂ ਦੀ ਖਰੀਦੋ ਫਰੋਖਤ ਵਾਸਤੇ। ਅਸੀਂ ਸਾਰਿਆਂ ਨਾਲ ਮਿਲਾਂਗੇ, ਉਹਨਾਂ ਦੀ ਰਿਕੁਆਇਰਮੈਂਟ ਜੋ ਹੋਈ ਸੁਣਾਂਗੇ ਔਰ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ, ਤੁਸੀਂ ਵੀ ਇੰਜੋਏ ਕਰਨਾ। ਅਤੇ ਜਿਵੇਂ ਜਿਵੇਂ ਅਸੀਂ ਹੁਣ ਮੈਂ ਘਰ ਹਾਂ ਮੌਜੂਦ ਹਾਂ ਔਰ ਅਸੀਂ ਨਿਕਲਣ ਲੱਗੇ ਹਾਂ ਸ਼ੋਰੂਮ ਦੀ ਤਰਫ, ਔਰ ਸ਼ੋਰੂਮ 'ਤੇ ਜਾ ਕੇ ਵੀ ਮੈਂ ਤੁਹਾਡੇ ਨਾਲ ਇੰਟਰੈਕਟ ਹੋਵਾਂਗਾ ਜਨਾਬ। ਤੁਸੀਂ ਮੇਰੇ ਨਾਲ ਰਹਿਣਾ, ਔਰ ਅਗਰ ਤੁਸੀਂ ਮੇਰੇ ਯੂਟਿਊਬ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ। ਔਰ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੇ ਗੱਡੀਆਂ ਦੇ ਰਿਵਿਊ ਮਿਲਣਗੇ, ਕਿਉਂਕਿ ਕਾਫੀ ਤਰ੍ਹਾਂ ਨਾਲ ਸਾਡੇ ਕੋਲ ਗੱਡੀਆਂ ਆਉਂਦੀਆਂ ਨੇ ਖਰੀਦੋ ਫਰੋਖਤ ਵਾਸਤੇ। ਜਿਹੜੇ ਦੋ ਸਾਡੇ ਕੋਲ ਗੱਡੀਆਂ ਲੈ ਕੇ ਆਉਂਦੇ ਨੇ ਉਹਨਾਂ ਦਾ ਅਸੀਂ ਰਿਵਿਊ ਬਣਾ ਕੇ ਆਪਣੇ ਇਸ ਚੈਨਲ 'ਤੇ ਅਪਲੋਡ ਕਰਿਆ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਬਰ ਵਕਤ ਮਿਲ ਸਕੇ। ਆਓ ਹੁਣ ਚੱਲਦੇ ਹਾਂ ਅਤੇ ਮਜ਼ੀਦ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ ਆਪਣੇ ਪੂਰੇ ਦਿਨ ਦੇ। 2 ਵਜੇ ਨਿਲਾਮੀ ਸਟਾਰਟ ਕਰਾਂਗੇ ਅਸੀਂ ਔਰ ਰਾਤ ਤੱਕ ਚੱਲੇਗੀ, ਔਰ ਰਾਤ ਤੱਕ ਦੇ ਮਨਾਜ਼ਰ ਜਿਹੜੇ ਨੇ ਉਹ ਇਸ ਵਲੌਗ ਦੇ ਵਿੱਚ ਤੁਸੀਂ ਦੇਖੋਗੇ। ਬਹੁਤ ਸ਼ੁਕਰੀਆ, ਆਓ ਹੁਣ ਚੱਲੀਏ। ਜੀ ਅਸੀਂ ਗੱਡੀ 'ਚ ਬੈਠ ਗਏ ਜਨਾਬ ਔਰ ਅਸੀਂ ਜਾ ਰਹੇ ਹਾਂ ਸ਼ੋਰੂਮ 'ਤੇ ਆਪਣੇ 'ਤੇ। ਬਾਕੀ ਮਜ਼ੀਦ ਤੁਹਾਡੇ ਨਾਲ ਮਨਾਜ਼ਰ ਸ਼ੇਅਰ ਕਰਾਂਗੇ ਅਸੀਂ ਸ਼ੋਰੂਮ ਦੇ ਵੀ, ਔਰ ਪਹੁੰਚ ਕੇ ਵੀ ਉੱਥੇ ਨਾਲ ਤੁਹਾਡੇ ਨਾਲ ਗੱਪਸ਼ੱਪ ਹੋਏਗੀ। ਅੱਜ ਤੁਹਾਨੂੰ ਅਸੀਂ ਆਪਣੇ ਨਾਲ ਹੀ ਰੱਖਾਂਗੇ, ਤੁਹਾਨੂੰ ਸਾਰੇ ਮਨਾਜ਼ਰ ਅਸੀਂ ਦਿਖਾਵਾਂਗੇ, ਕਿਉਂਕਿ ਅਸੀਂ ਜਾਣਦੇ ਹਾਂ ਕਾਫੀ ਦੋਸਤ ਸਾਡੇ ਬਾਹਰ ਬੈਠੇ ਨੇ ਓਵਰਸੀਜ਼ ਪਾਕਿਸਤਾਨੀ ਜਿਹੜੇ ਸਾਡੇ ਨਾਲ ਬੜੀ ਮੁਹੱਬਤ ਕਰਦੇ ਨੇ। ਅਸੀਂ ਇਹ ਵਲੌਗ ਜਿਹੜੇ ਬਣਾਉਣਾ ਸਟਾਰਟ ਕੀਤੇ ਨੇ ਇਸੇ ਵਾਸਤੇ ਕੀਤੇ ਨੇ ਕਿ ਸਾਰੇ ਦੋਸਤ ਸਾਡੇ ਨਾਲ ਲਿੰਕ ਲੈਣ। ਆਓ ਜੀ ਚੱਲੀਏ। ਹੈਲੋ, ਲਓ ਜੀ ਅਸੀਂ ਨਿਕਲ ਪਏ ਹਾਂ ਘਰੋਂ ਜਨਾਬ ਜੀ। ਵਾਲੇਕੁਮ ਸਲਾਮ। ਮੇਰੇ ਵਾਲਦ ਸਾਹਿਬ ਸਰਦਾਰ ਮੁਹੰਮਦ ਬੂਟਾ ਡੋਗਰ ਮੇਰੇ ਨਾਲ ਨੇ ਔਰ ਅਸੀਂ ਸ਼ੋਰੂਮ ਦੀ ਤਰਫ ਜਾ ਰਹੇ ਹਾਂ। ਲਓ ਜੀ ਭਾਈ ਜਾਨ, ਅਸੀਂ ਪਹੁੰਚ ਗਏ ਹਾਂ ਜਿਨ ਪੈਟਰੋਲ ਪੰਪ 'ਤੇ, ਅਤੇ ਉੱਪਰ ਹੀ ਸਾਡਾ ਸ਼ੋਰੂਮ ਹੈ। ਇਹ ਮੇਨ ਮਾਨਕਾ ਵਾਲਾ ਰੋਡ ਹੈ, ਮੋਟਰਵੇ M3 ਇੰਟਰਚੇਂਜ ਨਨਕਾਣਾ ਸਾਹਿਬ ਦੇ ਨਾਲ ਲਿੰਕ ਕਰਦਾ ਜਨਾਬ। ਸਾਡਾ ਸ਼ੋਰੂਮ ਨਹੀਂ ਬਲਕਿ ਤੁਹਾਡਾ ਆਪਣਾ ਸ਼ੋਰੂਮ।
ਨਵੇਂ ਇੰਜਨ ਚ ਲੈ ਰਿਹਾ ਦੂਸਰੇ ਸ਼ਹਿਰਾਂ ਮੈਂ ਉੱਥੇ ਸਾਊਦੀਆਂ ਵੀ ਦਿਹਾੜੀਆਂ ਵੀਡੀਓ ਵੇਖਦਾ ਰਹਿੰਦਾ ਸੀ। ਮੈਂ ਸਾਊਦੀਆਂ ਅੱਛਾ ਜਦੋਂ ਭਾਈ ਸ਼ਲਾਰ ਗਏ ਨੇ ਸਕੂਲ ਦੇ ਜੀ ਜੀ ਮੈਂ ਹੁੰਦਾ ਜਜ਼ਾਨ 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 ਜੱਦਾਂ ਤੋਂ ਤਕਰੀਬਨ 900 ਕਿਲੋਮੀਟਰ ਦੂਰ ਮੈਂ ਉਹਨਾਂ ਨੂੰ ਫੋਨ ਕੀਤਾ। ਅੱਛਾ ਅੱਛਾ ਮੈਂ ਕਿਹਾ ਮਾਦਰਤ ਨਾਲ ਮੈਂ ਆ ਨਹੀਂ ਸਕਦਾ, ਵੈਸੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਮੇਰੇ ਦੋਸਤ ਤੁਸੀਂ ਮੈਨੂੰ ਵੀ ਕਾਲ ਕੀਤੀ ਸੀ, ਤੁਹਾਨੂੰ ਵੀ ਮੈਂ ਕੀਤਾ, ਤੁਹਾਨੂੰ ਮੈਂ ਨੰਬਰ ਲਿਆ ਸੀ ਵਟਸਐਪ ਦਾ, ਮੈਂ ਫਿਰ ਤੁਹਾਨੂੰ ਖੁਦ ਹੀ ਟਾਈਮ ਦਿੱਤਾ ਸੀ। ਹਾਂ ਮੈਨੂੰ ਵਾਲੇ ਦਿਨ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ, ਬਿਲਕੁਲ ਹੋਈ ਸੀ। ਮੈਂ ਤੁਹਾਨੂੰ ਕਿਹਾ ਮੈਂ ਅੱਜ ਆ ਜਾਂਦਾ, ਤੁਸੀਂ ਮੈਨੂੰ ਕਾਗਜ਼ਾਤ ਦੀ ਅਸੀਂ ਤਸੱਲੀ ਕਰ ਦਿੰਦੇ ਹਾਂ, ਬਾਇਓਮੈਟ੍ਰਿਕ ਦੀ ਤਸੱਲੀ ਕਰ ਦੇ ਦਈਏ। ਹੁਣ ਖਾਣਾ ਪੀਣਾ ਚਾਹੇ ਚਾਹੇ ਘਰ ਦੀ ਚੱਲੀ ਆ, ਬੱਚਿਆਂ ਬੁੱਚਿਆਂ ਨੂੰ ਭਾਈ ਡਰਾਪ ਕਰਦਾ, ਹੋਰ ਤਾਂ ਕੋਈ ਨਹੀਂ ਜ਼ਿਆਦਾ ਇਹਨੂੰ ਹੈਗਾ, ਇੱਕ ਹੱਥ ਹੀ ਚੱਲੀ ਆ। ਇਹ ਫੋਨ ਮੈਨੂੰ ਲੱਗਦਾ ਜੀ ਕਿੱਦਾਂ ਏ ਸੀ ਵਰਕਿੰਗ ਚੱਲਦਾ? ਹਾਂ ਏ ਸੀ ਚੱਲਦਾ। ਅਭੀ ਅਨਲੋਕ ਕਰ ਦਿੰਦਾ। ਬਾਕੀ ਜਨਰਲ ਮਾਡਲ ਆ ਜਾਂਦੇ ਨਾ 16, 17, 18, 18 ਮਾਡਲ 13 ਲੱਖ ਰੁਪਏ ਦੀ ਗੱਡੀ। ਅੱਛਾ ਅੱਛਾ ਫਿਰ ਉਸ ਮਾਡਲ ਦੇ ਹਿਸਾਬ ਨਾਲ ਇਹਦੀ ਪ੍ਰਾਈਸ ਜਿਹੜੀ ਕੋਸ਼ਿਸ਼ ਕਰਾਂਗੇ। ਇੱਥੇ ਔਫਰ ਜ਼ਾਹਰੀ ਗੱਲ ਜਿਹੜਾ ਮਹਿਰਾਨ ਦਾ ਉਹ ਮਹਿਰਾਨ ਦੇ ਬਾਰੇ ਬਿਲਕੁਲ ਪਤਾ
ਔਰ ਉਹ ਮਾਰਕੀਟ ਉਹਨੇ ਜਜਮੈਂਟ ਕੀਤੀ ਹੁੰਦੀ ਆ ਮਾਰਕੀਟ ਦੇ ਹਿਸਾਬ ਨਾਲ ਜਿਹੜਾ ਨਾ ਉਹਦੇ ਸਾਨੂੰ ਅੱਛੀ ਆਫਰ ਦੇ ਦਿੰਦੀ ਹੈ ਅਤੇ ਆਪਸ਼ਨ ਦੇ ਵਿੱਚ ਅਸੀਂ ਇਹਨੂੰ ਲਗਵਾਉਂਦੇ ਲਗਵਾਓ ਉੱਥੇ ਆਪਸ਼ਨ ਦੇ ਵਿੱਚ ਕੜਾਕਾ ਖੜੀ ਟਾਇਰ ਬੜੇ ਗੰਦੇ ਪਵਾਏ ਬਰਫਾਨੀ ਉੱਨੀ ਮਾਡਲ ਬੀ ਐਕਸ ਆਰ ਏ ਸੀ ਵਗੈਰਾ ਚੱਲ ਕੀ ਡਿਮਾਂਡ ਹੈ ਫਿਰ ਵੀ ਕੀ ਡਿਮਾਂਡ ਕਰ ਰਹੇ ਪਤਾ ਲੇਕਿਨ ਮੈਨੂੰ ਉੱਥੇ ਦੇ ਹਿਸਾਬ ਨਾਲ ਪਤਾ ਮੈਨੂੰ ਇੱਥੇ ਦਾ ਅੰਦਾਜ਼ਾ ਨਹੀਂ ਲੇਕਿਨ ਮੈਂ ਇਹ ਦੱਸ ਸਕਦਾ ਗੱਡੀ ਦਾ ਹਾਲਤ ਕਿਉਂਕਿ ਮੈਂ ਭਾਈ ਨੂੰ ਗੱਡੀ ਦਿੱਤੀ ਆ ਪੁੱਛ ਲਓ ਇਹਨੂੰ ਅਤੇ ਅਲਟਸ 1.6 ਅੱਛਾ ਮੈਂ ਪੂਰਾ ਲਾਹੌਰ ਮਿਲ ਰਿਹਾ ਮੈਨੂੰ ਪੂਰੇ ਲਾਹੌਰ 'ਚੋਂ ਗੱਡੀ ਨਹੀਂ ਲੱਗਦੀ ਕਿਉਂਕਿ ਗੱਡੀਆਂ ਸਾਰੀਆਂ ਸਟੈਂਡ ਦੀਆਂ ਟੁੱਟੀਆਂ ਕਿਉਂਕਿ ਮੀਟਰ ਪਿੱਛੇ ਕੀਤੇ ਹੋਏ ਗੱਡੀ ਜਿਹੜੀ 7000 ਚੱਲੀ ਹੋਵੇ ਤਾਂ ਉਹਦੇ ਕਿਵੇਂ ਬ੍ਰੇਕ ਪੈਡ ਰੋਲਰ ਚੇਂਜ ਹੋ ਜਾਣਾ ਠੀਕ ਹੈ ਨਾ ਇੱਦਾਂ ਦੀਆਂ ਗੱਡੀਆਂ ਉੱਥੇ ਖੜੀਆਂ ਰਹਿੰਦੀਆਂ ਫਿਰ ਮੈਂ ਗੱਡੀ ਉੱਥੋਂ ਮੇਰੇ ਤੋਂ ਲੈ ਕੇ ਭਾਈ ਮੈਂ ਸਿਵਿਕ ਵੀ ਰੱਖੀ ਆ 22 ਮਾਡਲ ਦੀ ਬੁੱਕ ਕਰਾ ਦਿੱਤੀ ਅਤੇ ਗੱਡੀਆਂ ਦਾ ਤਾਂ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਠੀਕ ਹੈ ਲੇਕਿਨ ਮੈਨੂੰ ਪ੍ਰਾਈਸ ਦਾ ਨਹੀਂ ਪਤਾ ਸਹੀ ਇਹ ਪ੍ਰਾਈਸ ਅਸੀਂ ਇੱਥੇ ਮੇਰੇ ਕੋਲ 16 ਮਾਡਲ ਮਹਿਰਾਨ ਇੱਕ ਗੱਡੀ ਉਸ 9 ਲੱਖ ਰੁਪਏ ਦੀ ਮਿਲੀ ਮਾਰਕੀਟ ਇੱਥੇ ਚੱਲ ਰਹੀ ਅੱਛਾ ਤੁਹਾਡੀ ਗੱਡੀ ਦਾ ਰੇਟ ਲੱਗਣਾ ਜੀ 8.5-9 ਲੱਖ ਅੱਛਾ ਲੇਕਿਨ ਤੁਹਾਨੂੰ ਜਿਹੜਾ ਮੈਂ ਐਸਟੀਮੇਟ ਦੱਸਿਆ ਨਾ 50,000 ਉੱਤੇ ਦੱਸਿਆ ਕਿ ਇੱਥੇ ਤੁਹਾਡੀ ਜਾ ਸਕਦੀ ਔਰ ਇੰਨੇ ਦੀ ਚਲੀ ਜਾਵੇ ਬਹੁਤ ਅੱਛੀ ਗੱਡੀ ਹੁਣ ਡਿਮਾਂਡ ਕਿੰਨੀ ਕਰਨੀ ਚਾਹੀਦੀ ਡਿਮਾਂਡ ਕਰਨੀ ਫਾਈਨਲ ਗੱਲ ਅਗਲੇ ਨਾਲ ਕਰੋ ਅਤੇ ਪੈਸੇ ਫੜੋ ਡਿਮਾਂਡਾਂ 'ਚ ਪਏ ਤਾਂ ਕੋਈ ਸੌਦੇ ਨਹੀਂ ਅਗਲੇ ਦੇ ਉਹ ਕੋਈ ਨਹੀਂ ਪਤਾ ਹੁੰਦਾ ਕਿ ਉਹ
ਅਗਲੇ ਨਾਲ ਸੋਹਣੀ ਜੀ ਗੱਲ ਕਰੋ ਵੀ ਘਰ ਦੇ ਚੱਲੀਏ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਡੀ ਬਜਾ ਹੈ ਤੇ ਕੱਲ ਬਾਅਦ ਇਹ ਜਿਹੜੀ ਕਾਪੀ ਆ ਕਾਗਜ਼ ਆ ਜਿਹੜੇ ਤੇ ਨਾ ਤੇ ਆ ਲੇਕਿਨ ਉਹ ਡੁਪਲੀਕੇਟ ਪਏ ਆ ਇਹਦੇ ਚ ਓਰੀਜਨਲ ਘਰ ਪਈ ਜਾ ਉਹ ਮੈਂ ਨਹੀਂ ਲੈਣਾ ਉਸ ਜਦੋਂ ਜੇ ਅੱਜ ਅਗਰ ਡੀਲ ਹੋ ਜਾਂਦੀ ਤੇ ਗੱਡੀ ਹੋਏਗੀ ਤੁਹਾਡੀ ਲਾ ਠੀਕ ਆ ਅਮਾਨਤ ਹੋ ਜਾਏਗੀ ਇੱਥੇ ਠੀਕ ਆ 50,000 ਰੁਪਏ ਦੇ ਵਿੱਚ ਠੀਕ ਆ ਸਵੇਰ ਤੁਸੀਂ ਕਾਗਜ਼ਾਤ ਲੈ ਕੇ ਆਓਗੇ ਤਾਂ ਤੁਹਾਡੀ ਪੇਮੈਂਟ ਹੋ ਜਾਏਗੀ ਠੀਕ ਆ ਬਾਇਓਮੈਟ੍ਰਿਕ ਦਾ ਖਾਤਾ ਜੀ ਪਾਸਪੋਰਟ ਸਹੀ ਤੇ ਤੁਸੀਂ ਫਿਰ ਲੱਭ ਕੇ ਕਿਹੜੀ ਲਓਗੇ ਫਿਰ ਜਿਹੜਾ ਉਹ ਐ ਲੈ ਲਓ ਸਿਟੀ ਨਾ ਯਾਰ ਇੱਧਰ ਸਿਟੀ ਵਾਲੇ ਪਾਸੇ ਨਾ ਲੱਗੇ ਯਾਰ ਫੁੱਲ ਝੜੀਆਂ ਉਮਰ ਯਾਦ ਹੀ ਤੇ ਕਿੰਨੇ ਪੈਸੇ ਆ ਕਿਹੜੀ ਅੱਛਾ ਤੇ ਇਹਦੀ ਚਾਬੀ ਕਿੱਥੇ ਨੰਬਰ ਭੇਜਣਾ ਸਾਰਾ ਰਾਬਤਾ ਕਰੀ ਨਾ ਗੱਡੀ ਮਾਰਕੀਟ ਵਾਲੀ ਲੈਣੀ ਤਾਂ ਆਟੋ ਵੀ ਮਾਰਕੀਟ ਵਾਲੀ ਲੇਕਿਨ ਛੋਟਾ ਠੀਕ ਹੈ ਰਸ਼ ਲਿਮਿਟਡ ਜਿਹਾ ਹੀ ਹੈ ਲੇਕਿਨ ਇੱਕ ਹੋਰ ਵੀ ਵਜ੍ਹਾ ਹੈਗੀ ਹੈ ਕਿ ਈਦ ਦਾ ਐਤਵਾਰ ਹੈ ਪਹਿਲਾਂ ਈਦ ਤੋਂ ਬਾਅਦ ਪਰ ਲੋਕ ਹਜੇ ਤੱਕ ਛੁੱਟੀਆਂ ਹੀ ਮਨਾ ਰਹੇ ਨੇ ਲੇਕਿਨ ਜਿਹੜੀਆਂ ਗੱਡੀਆਂ ਹੈ ਇਹਨਾਂ ਦੀ ਅਸੀਂ ਆਪਸ਼ਨ ਕਰਾਂਗੇ ਔਰ ਜਿਹੜੇ ਮੇਰੇ ਮੇਨ ਭਰਾ ਗੱਡੀਆਂ ਖਰੀਦਣ ਆਏ ਨੇ ਇਹ ਮੈਂ ਗੱਡੀ ਦੀ ਆਪਸ਼ਨ ਕਰਾਂਗਾ ਔਰ ਗੱਡੀ ਦੀ ਮੁਕੰਮਲ ਕੰਡੀਸ਼ਨ ਵੀ ਤੁਹਾਨੂੰ ਦੱਸਾਂਗਾ ਕਿਹੜਾ ਕੰਡੀਸ਼ਨ ਹੈ ਮਾਲਕ ਡਿਮਾਂਡ ਕਰੇਗਾ ਔਰ ਜਿਹੜਾ ਖਰੀਦਣ ਵਾਲਾ ਉਹ ਆਪਣੀ ਆਫਰ ਦੇਵੇਗਾ ਜਿੰਨੇ ਵੀ ਉਹਦੀ ਜੇਬ 'ਚ ਪੈਸੇ ਆਏ ਨੇ ਉਸ ਹਿਸਾਬ ਨਾਲ ਆਫਰ ਦੇ ਦੇਵੇ ਗੱਡੀ ਦੀ ਜਾਂ ਉਹਦੀ ਸਮਝ 'ਚ ਜਿੰਨੇ ਦੀ ਗੱਡੀ ਆ ਰਹੀ ਆਪਣੀ ਆਫਰ ਦੇਵੇ ਅੱਗੇ ਵੇਚਣ ਵਾਲੇ ਦੀ ਮਰਜ਼ੀ ਹੈ ਕਿ ਉਹ ਗੱਡੀ ਦਿੰਦਾ ਜਾਂ ਨਹੀਂ ਦਿੰਦਾ ਅਗਰ ਉਹ ਗੱਡੀ ਉਹਦਾ ਮਾਇੰਡ ਹੈ ਦੇਣ ਦਾ ਉਹ ਬਿਆਨਾ ਪੜ੍ਹੇ ਅਸੀਂ ਗੱਡੀ 'ਤੇ ਅਮਾਨਤ ਲੌਕ ਕਰ ਲਵਾਂਗੇ ਅਗਲੇ ਦਿਨ ਪੇਪਰ ਦਾ ਟਾਈਮ ਰੱਖਿਆ ਜਾਏਗਾ ਅੱਜ 50,000 30,000 ਟੋਕਨ ਕਰਕੇ ਗੱਡੀ ਲੌਕ ਕੀਤੀ ਜਾਏ ਠੀਕ ਹੈ ਸਰ ਔਰ ਆਪਸ਼ਨ ਦੇ ਵਿੱਚ ਜਿਹੜੀ ਗੱਡੀ ਬਿਆਨੇ 'ਚ ਹੋ ਜਾਏਗੀ ਮਿਸਾਲ ਲੈ ਕੇ ਮੈਂ ਆਪਸ਼ਨ ਕਰ ਰਿਹਾ
ਖਰੀਦਦਾਰ ਨੇ ਬੋਲੀ ਲਾਈ ਔਰ ਵੇਚਣ ਵਾਲੇ ਨੇ ਬਿਆਨਾ ਲੈ ਲਿਆ, ਉਹਨੂੰ ਪਸੰਦ ਆਈ ਔਫਰ, ਉਹਨੇ ਗੱਡੀ ਓਕੇ ਕਰ ਦਿੱਤੀ। ਉਸ ਬਿਆਨੇ ਤੋਂ ਬਾਅਦ 20 ਮਿੰਟ ਦਾ ਟਾਈਮ ਹੋਏਗਾ ਤੁਹਾਡੇ ਕੋਲ, 20 ਮਿੰਟ ਦੇ ਵਿੱਚ ਤੁਸੀਂ ਗੱਡੀ ਦੀ ਤਸੱਲੀ ਕਰ ਲੈਣੀ। ਅਗਰ ਤੁਹਾਨੂੰ ਵੇਖਣ ਦਾ ਨਹੀਂ ਪਤਾ, ਇੰਸਪੈਕਸ਼ਨ ਦਾ ਨਹੀਂ ਪਤਾ ਕਰਨ ਦਾ, ਤੁਸੀਂ ਸਾਨੂੰ ਦੱਸੋ, ਅਸੀਂ ਤੁਹਾਨੂੰ ਗੱਡੀ ਚੈੱਕ ਕਰਕੇ ਦੇਵਾਂਗੇ। ਡੋਗਰ ਮੋਟਰ ਦੀ ਟੀਮ ਇੱਥੇ ਮੌਜੂਦ ਹੈ, ਤੁਹਾਨੂੰ ਗੱਡੀ ਮੁਕੰਮਲ ਤੌਰ 'ਤੇ ਤਸੱਲੀ ਕਰਕੇ ਦੇਵੇਗੀ। ਅਗਰ ਤੁਹਾਡੇ ਦਿਲ ਲੱਗੇ ਤਾਂ ਤੁਸੀਂ 50,000 ਰੁਪਇਆ ਟੋਕਨ ਕਰਕੇ ਗੱਡੀ ਲੌਕ ਕਰਵਾ ਦੇ, ਠੀਕ ਹੈ ਜੀ। ਅਗਰ 20 ਮਿੰਟ ਦੇ ਵਿੱਚ ਤੁਹਾਨੂੰ ਗੱਡੀ ਪਸੰਦ ਨਹੀਂ ਆਉਂਦੀ, ਮਹਿੰਗੀ ਲੱਗਦੀ ਹੈ, ਤਾਂ ਤੁਹਾਡਾ ਬਿਆਨਾ ਕਾਬਲੇ ਵਾਪਸੀ ਹੋਏਗਾ। ਲੇਕਿਨ ਅਗਲੇ ਦਿਨ ਤੁਹਾਡਾ ਬਿਆਨਾ ਵਾਪਸ ਨਹੀਂ ਕੀਤਾ ਜਾਏਗਾ। ਜਿਹੜਾ 50,000 ਟੋਕਨ ਹੋਏਗਾ ਨਾ ਜੀ, ਅਗਲੇ ਦਿਨ ਪੇਮੈਂਟ ਦਾ ਟਾਈਮ ਬਣ ਜਾਂਦਾ, ਉਸ ਟਾਈਮ 'ਤੇ ਅਗਰ ਤੁਸੀਂ ਪੇਮੈਂਟ ਨਹੀਂ ਕਰਦੇ ਤਾਂ ਤੁਹਾਨੂੰ ਅੱਧਾ ਬਿਆਨਾ ਵਾਪਸ ਕੀਤਾ ਜਾਏਗਾ। ਅੱਧਾ ਬਿਆਨਾ ਜਿਹੜਾ ਉਹ ਸ਼ੋਰੂਮ ਕੋ ਜਾਏਗਾ, ਸ਼ੋਰੂਮ ਵਾਲਾ ਉਹਦੇ ਵਿੱਚੋਂ ਅੱਧੇ ਪੈਸੇ ਜਿਹੜੇ ਨੇ ਉਹ ਵੇਚਣ ਵਾਲੇ ਨੂੰ ਰਿਟਰਨ ਕਰ ਦੇਗਾ, ਠੀਕ ਹੈ ਜੀ। ਇਹ ਤਰੀਕਾਕਾਰ ਹੈ ਸਾਡੇ ਅਸੂਲੋ ਜ਼ਵਾਬਤ ਨੇ ਆਪਸ਼ਨ ਦੇ, ਇਹਨਾਂ ਨੂੰ ਤੁਹਾਨੂੰ ਫੋਲੋ ਕਰਨਾ ਪੈਣਾ। ਇਹ ਤੋਂ ਸਾਰਿਆਂ ਵਾਸਤੇ ਇਹ ਫਾਇਦਾ ਪੰਜ ਚੀਜ਼ਾਂ ਨੇ ਜਿਹੜੀਆਂ ਅਸੀਂ ਰੱਖੀਆਂ ਹੋਈਆਂ, ਜਿਹੜੇ ਅਸੂਲ ਬਣਾਏ ਨੇ। ਅਸੀਂ ਨਹੀਂ ਚਾਹੁੰਦੇ ਕਿ ਵੇਚਣ ਵਾਲੇ ਨਾਲ ਜ਼ਿਆਦੀ ਹੋਵੇ ਜਾਂ ਖਰੀਦਣ ਵਾਲੇ ਨਾ ਹੋਵੇ, ਅਸੀਂ ਦੋਵਾਂ ਫਰੀਕਿਆਂ ਨੂੰ ਲੈ ਕੇ ਚੱਲਦੇ ਆਪਣੇ ਨਾਲ। ਇਹ ਨਹੀਂ ਚਾਹੁੰਦੇ ਕਿ ਇੱਕ ਨੂੰ ਹੀ ਸਾਰਾ ਫਾਇਦਾ ਜਾਵੇ, ਦੂਸਰਾ ਜਿਹੜਾ ਉਹਦੇ ਨਾਲ ਜਿਹੜੇ ਜ਼ਿਆਦੀ ਹੋਵੇ, ਅਸੀਂ ਨਹੀਂ ਇਹ ਚਾਹੁੰਦੇ। ਦੋਵਾਂ ਫਰੀਕਿਆਂ ਨੂੰ ਜਿਹੜੇ ਵੀ ਦੋਸਤ ਇੱਥੇ ਗੱਡੀ ਸੇਲ ਕਰਨ ਆਏ ਹੋਏ ਮੁਨਾਸਬ ਡਿਮਾਂਡ ਕਰਨਗੇ ਅਤੇ ਉਹਨਾਂ ਦੀ ਗੱਡੀ ਫੌਰੀ ਸੇਲ ਹੋ ਜਾਏ। ਅਗਰ ਜ਼ਿਆਦਾ ਡਿਮਾਂਡ ਕਰਨਗੇ ਤਾਂ ਸਾਰੀ ਗੱਲ ਗੱਡੀ ਸੇਲ ਨਹੀਂ ਹੋਏਗੀ, ਕਿਉਂਕਿ ਗੱਡੀ ਅਰਜੈਂਟ ਵੇਚਣ ਵਾਸਤੇ ਤੁਹਾਨੂੰ ਰੇਟ ਜਾਇਜ਼ ਮੰਗਣਾ ਪਏਗਾ। ਔਰ ਜਿਹੜੇ ਖਰੀਦਦਾਰ ਨੇ ਉਹ ਅੱਛੀ ਜਿਹੀ ਔਫਰ ਦੇਣ, ਇਹ ਨਾ ਹੋਵੇ ਕਿ ਗੱਡੀ 20 ਲੱਖ ਦੀ ਅਤੇ ਉਹਦਾ ਲਾ ਦੇਣ 18 ਲੱਖ। ਔਫਰ ਅੱਛੀ ਦਿਓ। ਅਗਰ ਤੁਹਾਨੂੰ ਨਹੀਂ ਪਤਾ ਔਫਰ ਦੇਣ ਦਾ, ਹਰ ਬੰਦੇ ਨੂੰ ਆਈਡੀਆ ਨਹੀਂ ਨਾ ਹੈ ਜੀ ਰੇਟ ਕੀ ਚੱਲਦੇ ਪਏ, ਤੁਸੀਂ ਸਾਨੂੰ ਦੱਸ ਸਕਦੇ ਹੋ। ਹਾਂ, ਲੇਕਿਨ ਮੈਨੂੰ ਕੁਛ ਦੋਸਤਾਂ ਦਾ ਤਾਂ ਯਾਦ ਹੈ ਕਿ ਫਲਾਣਾ ਬੰਦਾ ਹੈ ਗੱਡੀ ਲੈਣ ਆਇਆ, ਕਿਉਂਕਿ ਸੁਬਹਾ ਆਉਂਦੇ ਹੀ ਮੈਨੂੰ ਸਾਰੇ ਦੋਸਤਾਂ ਨੇ ਮਿਲੇ ਵੀ ਨੇ ਔਰ ਮੈਨੂੰ ਰਿਕੁਆਇਰਮੈਂਟ ਵੀ ਲਿਖਾਈ ਕਿ ਸਾਨੂੰ ਇਹ ਗੱਡੀ ਚਾਹੀਦੀ, ਲੇਕਿਨ ਮੈਨੂੰ ਕੁਛ ਯਾਦ ਨੇ, ਕੁਛ ਭੁੱਲ ਗਏ। ਇਸ ਲਈ ਜਦੋਂ ਮੈਂ ਗੱਡੀ ਦੀ ਆਪਸ਼ਨ ਕਰਾਂ, ਅਗਰ ਤੁਹਾਨੂੰ ਵੈਗਨਾਰ ਪਸੰਦ ਹੈ ਤੁਸੀਂ ਮੇਰੇ ਕੋਲ ਆ ਜਾਣਾ, ਤੁਸੀਂ ਮੈਨੂੰ ਆ ਕੇ ਕਹਿਣਾ ਕਿ ਭਾਈ ਜਾਣਾ ਗੱਡੀ ਸਾਨੂੰ ਪਸੰਦ ਹੈ, ਸਾਨੂੰ ਲੈ ਦਿਓ। ਬਾਕੀ ਅੱਗੇ ਮੇਰਾ ਕੰਮ ਹੈ, ਮੈਂ ਉਸ ਗੱਡੀ ਦੀ ਆਫਰ ਦਿਆਂਗਾ ਅੱਛੀ ਜੀ, ਜਿੰਨੇ ਦੀ ਗੱਡੀ ਹੈਗੀ ਉੰਨੀ ਆਫਰ ਦਿਆਂਗਾ। ਅੱਗੇ ਵੇਚਣ ਵਾਲੇ ਦਾ ਕੰਮ ਹੈ ਕਿ ਉਹ ਗੱਡੀ ਦਿੰਦਾ ਜਾਂ ਨਹੀਂ ਦਿੰਦਾ, ਲੇਕਿਨ ਅਸੀਂ ਅੱਛੀ ਆਫਰ ਦਿਆਂਗੇ ਔਰ ਗੱਡੀ ਮੈਂ ਤੁਹਾਨੂੰ ਇੰਸਪੈਕਟ ਕਰ ਦਿਆਂਗਾ, ਜੋ ਗੱਲ ਦੱਸਾਂਗਾ ਉਹ ਹੀ ਹੋਏਗੀ, ਇਨਸ਼ਾਅੱਲਾ ਉਹਦੇ 'ਚ ਫਰਕ ਨਹੀਂ ਆਏਗਾ। ਫਿਰ ਵੀ 20 ਮਿੰਟ ਦਾ ਟਾਈਮ ਦਿੱਤਾ ਜਾਏਗਾ ਕਿ ਤਸਲੀਆਂ ਕਰ ਲਓ ਪੂਰੀਆਂ, ਕੋਈ ਬੰਦਿਸ਼ ਨਹੀਂ ਕਿਸੇ ਕਿਸਮ ਦੀ, ਠੀਕ ਹੈ। ਡੋਗਰ ਮੋਟਰ ਇੱਕ ਵਾਹਦ ਇਦਾਰਾ ਪੂਰੇ ਪਾਕਿਸਤਾਨ ਦੇ ਵਿੱਚ, ਜਿੱਥੇ ਨਾ ਵੇਚਣ ਵਾਲੇ ਨਾਲ ਜ਼ਿਆਦੀ ਅਤੇ ਨਾ ਖਰੀਦਣ ਵਾਲੇ ਨਾਲ। ਕਾਗਜ਼ਾਂ ਦੀ ਇੰਸਪੈਕਸ਼ਨ ਹੋਏਗੀ ਅਗਲੇ ਦਿਨ, ਅੰਦਰ ਐਕਸਾਈਜ਼ ਵਾਲੇ ਮੌਜੂਦ ਨੇ, ਉਹ ਗੱਡੀ ਦੇ ਕਾਗਜ਼ਾਂ ਦੀ ਇੰਸਪੈਕਟ ਕਰਨਗੇ। ਅਗਰ ਕੋਈ ਵੀ ਕਾਗਜ਼ਾਤ ਮਿਸ ਹੋਏਗਾ ਡੀਲ ਕੈਂਸਲ ਹੋ ਜਾਏ, ਬਿਆਨਾ ਕਾਬਲੇ ਵਾਪਸੀ ਹੋਏਗਾ। ਅਗਰ ਬਾਇਓਮੈਟ੍ਰਿਕ ਗੱਡੀ ਦੀ ਨਹੀਂ ਹੋਏਗੀ ਫਿਰ ਵੀ ਡੀਲ ਕੈਂਸਲ ਹੋ ਗਈ, ਬਿਆਨਾ ਵਾਪਸ ਹੋਏਗਾ। ਬਾਇਓਮੈਟ੍ਰਿਕ ਜਿਹੜਾ ਦੋਸਤ ਗੱਡੀ ਸੇਲ ਕਰਨਾ ਆ, ਬਾਇਓਮੈਟ੍ਰਿਕ ਕੋਸ਼ਿਸ਼ ਕਰੇ ਕਿ ਨਾਲ ਲੈ ਕੇ ਆਵੇ, ਅਗਰ ਅੱਜ ਨਹੀਂ ਤਾਂ ਕੱਲ੍ਹ ਲਾਜ਼ਮੀ ਬਾਇਓਮੈਟ੍ਰਿਕ ਲੈ ਕੇ ਆਏ। ਅਗਰ ਉਹ ਕੋਈ 1 ਹਫ਼ਤੇ ਦਾ ਟਾਈਮ ਲੈਣਾ ਚਾਹੁੰਦਾ ਤਾਂ 1 ਲੱਖ ਰੁਪਇਆ ਮਾਨਕ ਸ਼ੋਰੂਮ 'ਤੇ ਰਖਵਾਏਗਾ, 1 ਹਫ਼ਤੇ ਦੇ ਅੰਦਰ ਉਹ ਸਾਨੂੰ ਬਾਇਓਮੈਟ੍ਰਿਕ ਦੇਣ ਦਾ ਪਾਬੰਦ ਹੋਏਗਾ। ਬਾਇਓਮੈਟ੍ਰਿਕ ਉਹਨੂੰ ਲਾਜ਼ਮੀ ਦੇਣੀ ਪਏਗੀ, ਕਿਉਂਕਿ ਬਾਇਓਮੈਟ੍ਰਿਕ ਤੋਂ ਬਿਨਾਂ ਇਸ ਤਰ੍ਹਾਂ ਹੀ ਜਿਵੇਂ ਜ਼ਮੀਨ ਦਾ ਰਜਿਸਟਰੀ ਇੰਤਕਾਲ ਹੁੰਦਾ ਗੱਡੀ ਦੀ, ਬਾਇਓਮੈਟ੍ਰਿਕ ਬਾਇਓਮੈਟ੍ਰਿਕ ਸਿਰ 'ਤੇ ਗੱਡੀ ਨਾ ਹੁੰਦੀ। ਔਰ ਆਨ ਦਾ ਸਪੋਟ ਸਾਡੇ ਕੋਲ ਸਾਰੀ ਸਹੂਲਤ ਮੌਜੂਦ ਹੈ, ਐਕਸਾਈਜ਼ ਵਾਲੇ ਹਰ ਚੀਜ਼ ਤੁਹਾਨੂੰ ਗਾਈਡ ਕਰਨਗੇ ਕਿ ਇਸ ਤਰ੍ਹਾਂ ਬਾਇਓਮੈਟ੍ਰਿਕ ਕਰਵਾਉਣੀ, ਤੁਸੀਂ ਇਸ ਤਰ੍ਹਾਂ ਲੈਣੀ, ਤੁਸੀਂ ਉਹਨਾਂ ਕੋਲ ਗਾਈਡਲਾਈਨ ਕਿਸੇ ਨਹੀਂ ਲੈ ਸਕਦੇ। ਉਸ ਤੋਂ ਅਗਲਾ ਮਰਹਲਾ ਹੈ ਜੀ ਚੇਸਿਸ ਦਾ, ਕਿ ਗੱਡੀ ਟੈਂਪਰਡ, ਲੈਬਾਰਟਰੀ ਜਾਂ ਚੋਰੀ ਸ਼ੁਦਾ ਤਾਂ ਨਹੀਂ।
ਅਸੀਂ ਗੱਡੀ ਦੀ ਚੇਸਿਸ ਦੀ ਤਸਵੀਰ ਭੇਜਦੇ ਹਾਂ ਐਂਟੀ ਕਾਰ ਲਿਫਟਿੰਗ ਸਟਾਫ ਨੂੰ, AVLS ਵਾਲਿਆਂ ਨੂੰ, ਲਾਹੌਰ CIA। ਉਹ ਗੱਡੀ ਇੰਸਪੈਕਟ ਕਰਦੇ ਨੇ, ਚੇਸਿਸ ਨੂੰ ਫਿਜ਼ੀਕਲ ਚੈੱਕ ਕਰਦੇ ਨੇ ਕਿ ਗੱਡੀ ਟੈਂਪਰਡ ਲਬਾਰਟੀ ਆ, ਚੋਰੀਸ਼ੁਦਾ ਤਾਂ ਨਹੀਂ ਆ, ਕੋਈ ਪੁਰਾਣਾ ਪਰਚਾ ਤਾਂ ਨਹੀਂ ਗੱਡੀ 'ਤੇ। ਅਗਰ ਇਸ ਤਰ੍ਹਾਂ ਦਾ ਕੋਈ ਅਸੀਂ ਅਮਲ ਉਸ ਗੱਡੀ 'ਤੇ ਪਾਈਏ, ਗੈਰ ਕਾਨੂੰਨੀ ਫੇਲ ਹੋਇਆ ਹੋਵੇ, ਤਾਂ ਅਸੀਂ ਉਸ ਗੱਡੀ ਦੀ ਵੀ ਡੀਲ ਕੈਂਸਲ ਕਰ ਦਿੰਦੇ। ਅਸੀਂ ਇਸ ਤਰ੍ਹਾਂ ਦੀ ਗੱਡੀ 'ਤੇ ਡੀਲ ਨਹੀਂ ਕਰਾਉਂਦੇ, ਨਾ ਹੀ ਅਸੀਂ ਉਧਾਰ ਦਾ ਕੰਮ ਕਰਦੇ ਹਾਂ ਕਿ ਝੱਟ ਨੂੰ ਡੀਲ ਹੋ ਜਾਂਦੀ। ਕੋਈ ਬੰਦਾ ਇਹ ਨਾ ਕਹੇ ਕਿ ਮੈਂ 2-4 ਲੱਖ ਰੁਪਇਆ ਉਧਾਰ ਕਰਦਾ, ਅਸੀਂ ਉਧਾਰ ਨਹੀਂ ਕਰਦੇ। ਟੋਟਲੀ ਕੈਸ਼ ਟੂ ਕੈਸ਼ ਪੇਮੈਂਟ ਹੁੰਦੀ ਸਾਡੇ ਕੋਲ, ਕੈਸ਼ ਦਾ ਹੀ ਕੰਮ, ਨਾ ਹੀ ਲੀਜ਼ ਵਾਲੀ ਗੱਡੀ ਦਾ ਕੰਮ ਹੈ ਸਾਡੇ ਕੋਲ, ਨਾ ਹੀ ਉਧਾਰ ਵਾਲੀ ਗੱਡੀ ਦਾ ਕੰਮ। ਇਹ ਚਾਹੁੰਦੇ ਗੱਲਾਂ ਸੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਹੁਣ ਗੱਡੀ ਦੀ ਆਕਸ਼ਨ ਸਟਾਰਟ ਕਰਦੇ ਹਾਂ। ਜਿਹੜੇ ਵੀਰ ਭਰਾ ਵੈਗਨਾਰ ਗੱਡੀ ਲੈਣਾ ਚਾਹੁੰਦੇ ਨੇ, ਗੱਡੀ ਆ ਕੇ ਦੇਖੋ। 2017 ਮਾਡਲ ਦੀ ਵੈਗਨਾਰ ਹੈ, VXL ਹੈ। ਉਹ ਕਹਿ ਰਹੇ ਨੇ ਕਿ ਜਦੋਂ ਅਸੀਂ ਗੱਡੀ ਖਰੀਦੀ ਹੈ, ਉਹਨਾਂ ਸਾਨੂੰ 2-3 ਪੀਸ ਰੀਪੇਂਟ ਦੀ ਆਵਾਜ਼ ਦਿੱਤੀ, ਬਾਕੀ ਅੱਗੇ ਮਜ਼ੀਦ ਤੁਸੀਂ ਚੈੱਕ ਕਰ ਲਓ। ਖੈਰ, ਅਸੀਂ 2-3 ਪੀਸ ਦੀ ਟੱਚਿੰਗ ਜਾਂ 4 ਪੀਸ ਰੇਂਜ 'ਚ ਰੱਖ ਲਓ ਕਿ 4 ਪੀਸ ਗੱਡੀ ਦੇ ਰੀਪੇਂਟ ਨੇ। 20 ਮਿੰਟ ਦਾ ਟਾਈਮ ਹੋਏਗਾ ਡੀਲ ਹੋਣ ਤੋਂ ਬਾਅਦ, ਪਹਿਲੇ ਅਸੀਂ ਰੇਟ ਤੈਅ ਕਰਦੇ ਇਸ ਗੱਡੀ ਦਾ, ਉਸ ਤੋਂ ਬਾਅਦ 20 ਮਿੰਟ ਦਾ ਟਾਈਮ ਹੋਏਗਾ। 20 ਮਿੰਟ 'ਚ ਤੁਸੀਂ ਗੱਡੀ ਦੀ ਤਸੱਲੀ ਕਰ ਲੈਣੀ, ਅਗਰ ਤੁਹਾਨੂੰ ਗੱਡੀ ਪਸੰਦ ਹੋਵੇ ਠੀਕ ਹੈ, ਨਾ ਪਸੰਦ ਹੋਵੇ ਤਾਂ ਬਿਆਨਾ ਤੁਹਾਡਾ ਕਾਬਲੇ ਵਾਸ ਹੀ ਹੋਏਗਾ। 22 ਲੱਖ ਡਿਮਾਂਡ ਹੈ, ਆਫਰ ਦਿਓ ਜੀ। ਬਿਸਮਿਲਾ ਕਰੋ ਜੀ, ਫੈਸਲਾਬਾਦ ਦਾ ਨੰਬਰ ਹੈ ਗੱਡੀ ਦਾ, ਆਫਰ ਦਿਓ ਜੀ। 18 ਲੱਖ ਰੁਪਇਆ ਜੀ, 18 ਲੱਖ ਰੁਪਇਆ ਭਾਈ ਜਾਨ, 18 ਲੱਖ ਰੁਪਇਆ। ਵੈਗਨਾਰ 2017 ਮਾਡਲ, ਵਾਈਟ ਕਲਰ, 4 ਪੀਸ ਗੱਡੀ ਦੇ ਰੀਪੇਂਟ ਹੈ। ਗੱਡੀ ਖੋਲਿਆ ਜੀ, ਜ਼ਰਾ ਬੋਨਟ ਖੋਲਣਾ, ਵੈਸ ਚੈੱਕ ਕਰੀ ਫੋਰੀ, ਜ਼ਰਾ ਗੱਡੀ ਚੈੱਕ ਕਰੀ ਕੀ ਕੰਡੀਸ਼ਨ ਹੈ। ਇੰਨੀ ਮੋਟੀ ਮੋਟੀ ਕੰਡੀਸ਼ਨ ਵੇਖ ਲਾ ਨਾ, ਬਾਕੀ 20 ਮਿੰਟ 'ਚ ਚੈੱਕ ਕਰ ਲਾਂਗੇ। ਬੋਨਟ ਚੇਂਜ ਹੈ ਗੱਡੀ ਦਾ, ਤਾਇਵਾਨ ਦਾ ਬੋਨਟ ਹੈ, ਇਹਦਾ ਓਰਿਜਿਨਲ ਬੋਨਟ ਨਹੀਂ ਹੈਗਾ, ਬੋਨਟ ਪੇਂਟ ਵੀ ਹੈ। ਸਾਰੀ ਗੱਲ ਜਦੋਂ ਚੇਂਜ ਹੋਇਆ ਪੇਂਟ ਤਾਂ ਲਾਜ਼ਮੀ ਹੋਇਆ ਹੋਏਗਾ। ਹੋਰ ਛੱਤ ਪਿੱਲਰ ਚੈੱਕ ਕਰਨਾ, ਜ਼ਰਾ ਡਿੱਗੀ ਵੀ ਚੈੱਕ ਕਰਨਾ, ਦਰਵਾਜ਼ਿਆਂ ਦੀਆਂ ਸੀਲਾਂ ਚੈੱਕ ਕਰ, ਹਰ ਚੀਜ਼। ਟਾਇਰ ਗੱਡੀ ਦੇ ਅੱਛੇ ਨੇ। ਫੈਸਲਾਬਾਦ ਦਾ ਨੰਬਰ ਹੈ ਸਰ, ਆਪਣੇ ਨਾਮ 'ਤੇ ਗੱਡੀ, ਬਾਇਓਮੈਟ੍ਰਿਕ ਮਿਲੇਗੀ, ਔਨ ਦਾ ਸਪੋਟ ਮਿਲੇਗੀ ਤੁਹਾਨੂੰ, ਚੈੱਕ ਕਰ ਲਓ, ਤਸੱਲੀ ਕਰ ਲਓ। ਮਜ਼ੀਦ ਛੋਟਾ ਭਾਈ ਚੈੱਕ ਕਰ ਲਿਆ ਬੈਸ ਟੋਕਰ, ਉਹ ਤੁਹਾਨੂੰ ਮੁਕੰਮਲ ਕੰਡੀਸ਼ਨ ਤੋਂ ਅਗਾਹ ਕਰ ਦਿੰਦਾ ਗੱਡੀ ਦੀ ਕੀ ਐਗਜੈਕਟ ਕੰਡੀਸ਼ਨ। ਵੈਸ ਜਲਦੀ ਜ਼ਰਾ ਚੈੱਕ ਕਰ ਦਿਓ, ਛੱਤ ਪਿੱਲਰ ਡਿੱਗੀ ਜੈਨੂਇਨ ਹੈ, ਇਸ ਤਰ੍ਹਾਂ ਇੱਕ ਇੱਕ ਗੱਡੀ ਦੀ ਆਪਸ਼ਨ ਆਏ। ਹਾਂਜੀ, ਕੀ ਕੰਡੀਸ਼ਨ ਹੈ? ਛੱਤ ਪਿੱਲਰ ਡਿੱਗੀ ਅਤੇ ਸਾਈਡਾਂ ਵਿੱਚੋਂ, ਅੰਦਰੋਂ ਸੀਲਾਂ 'ਚ, ਸਾਈਡਾਂ ਵਿੱਚੋਂ ਵੀ 2-3 ਪੀਸ ਜੈਨੂਇਨ ਹੋਣਗੇ, ਮਜ਼ੀਦ ਤਸੱਲੀ ਕਰ ਲਾਂਗੇ। 18 ਲੱਖ ਰੁਪਏ ਦੀ ਸਰ ਗੱਡੀ ਦੇਣੀ, ਕਿੰਨੇ ਦੇਣੀ ਫਾਈਨਲ? ਸੋਹਣੀ ਜੀ ਗੱਲ ਕਰੋ, ਸਵਾ ਭਾਈ ਜ਼ਿਆਦਾ ਰੇਟ ਵੈਸੇ ਨਾ, ਕਿਉਂਕਿ 17 ਮਾਡਲ ਗੱਡੀ ਦਾ ਰੇਟ ਜਿਹੜਾ ਨਾ ਪੈਕਿੰਗ ਦੇ ਵਿੱਚ 20 ਤੋਂ ਥੱਲੇ। ਅੱਛਾ ਅੱਛਾ, ਲਈ ਇਸ ਤਰ੍ਹਾਂ, ਇਹਦੇ 'ਚ ਫਿਰ ਤੁਹਾਡਾ ਕੋਈ ਗਿਨਾਹ ਨਹੀਂ ਅਤੇ ਕਿਸੇ ਦਾ ਵੀ ਕੋਈ ਗਿਨਾਹ ਨਹੀਂ। ਅੱਛਾ ਅੱਛਾ, 18.5 ਲੱਖ ਰੁਪਇਆ ਜੀ, 18.5 ਲੱਖ ਰੁਪਇਆ ਭਾਈ ਜਾਨ, 18.5 ਲੱਖ ਜੀ, 18.5 ਲੱਖ ਰੁਪਇਆ, 18.5 ਲੱਖ ਰੁਪਏ ਤੋਂ ਵਧੋ ਭਾਈ ਜਾਨ, 18.5 ਲੱਖ ਰੁਪਇਆ ਜੀ, 18.5 ਜੀ,
ਹੈ ਵੀ 2.18 ਦੇ ਉੱਤੇ ਤੇ ਆਪਣੀ ਆਫਰ ਦੇ ਸਕਦਾ। ਬੋਲੀ ਸ਼ਰੀਕ ਹੋਵੋ ਜਿਨ੍ਹਾਂ ਦੋਸਤਾਂ ਨੇ ਵੈਗਨਾਰ ਗੱਡੀ ਲੈਣੀ, ਆਪਣੀ ਆਫਰ ਦੇਣ, ਗੱਡੀ ਤੁਹਾਨੂੰ ਲੈ ਕੇ ਦੇ ਜੀ। ਬਿਸਮਿਲ੍ਲਾ ਕਰੋ ਜੀ। ਹੈ ਕੋਈ ਵੀਰ ਭਰਾ ਜੀ? 18.5 ਲੱਖ ਰੁਪਇਆ ਦੇਣੀ ਬਹੁਤ, 18.5 ਲੱਖ ਰੁਪਇਆ ਜੀ, 18.5 ਲੱਖ ਜੀ, 18.5 ਲੱਖ ਰੁਪਏ ਆਫਰ ਲੱਗ ਚੁੱਕੀ ਹੈ। ਮਾਲਕ ਗੱਡੀ ਨਹੀਂ ਦੇ ਰਹੇ, ਉਹ ਕਹਿ ਰਹੇ ਨੇ 22 ਲੱਖ ਰੁਪਏ ਦੀ ਦੇ ਦਿਆਂ ਗੱਡੀ। ਫਾਈਨਲ ਇੱਕੋ ਹੀ ਗੱਲ ਕਰ ਦੋ, ਨਹੀਂ ਉਹ ਮੁਸ਼ਕਿਲ ਹੋ ਜਾਣਾ ਕੇਸ ਨਾ। ਹੁਣ ਤੁਸੀਂ ਮਹਿੰਗੀ ਲੈ ਲਈ, ਕਿਸੇ ਨੇ ਵੀ ਨਹੀਂ ਲੈਣੀ। 21.5 ਲੱਖ ਰੁਪਏ ਲਓ ਜੀ, 21.5 ਲੱਖ ਰੁਪਏ ਚ ਗੱਡੀ ਮਿਲਣੀ ਜੇ ਹੈ ਕਿ ਵੀਰ ਭਰਾ ਦੇ ਆਪਣੀ ਆਫਰ ਦੇ ਦੇਵੇ। 19 ਲੱਖ ਰੁਪਏ ਦੀ ਗੱਡੀ ਸਰ ਦੇਣੀ, 19 ਲੱਖ ਰੁਪਏ ਲਾ ਦਿੱਤਾ ਭਾਈ ਜਾਨ, ਬਿਆਨਾ ਆ ਰਿਹਾ 19 ਲੱਖ ਰੁਪਏ ਦਾ। 19 ਲੱਖ ਰੁਪਏ ਦੀ ਵੀ ਗੱਡੀ ਨਹੀਂ ਦੇ ਰਹੇ, 21.5 ਦੀ ਦੇ ਰਹੇ ਨੇ। ਹੈ ਵੀ ਵੀਰ ਭਰਾ ਗੱਡੀ ਲੈਣ ਵਾਲਾ ਤੇ ਆਪਣੀ ਆਫਰ ਦੇ ਦੇਵੇ, ਲੱਗਦਾ ਨਹੀਂ ਹੈ। ਇਸ ਤਰ੍ਹਾਂ ਕਰੋ ਸਰ, ਇਹ ਗੱਡੀ ਨੂੰ ਜਾਂ ਤੇ ਸਮਝਣੇ। ਪੈਸੇ ਕਿੰਨੇ ਸਰ? 22 ਲੱਖ ਰੁਪਏ ਮਕੂਲ ਡਿਮਾਂਡ ਲਾਓ ਪੈਸੇ। ਬਿਸਮਿਲ੍ਲਾ ਕਰੋ ਜੀ, 18 ਲੱਖ ਰੁਪਇਆ ਜੀ, 19 ਲੱਖ ਰੁਪਇਆ, 19 ਲੱਖ ਰੁਪਇਆ ਭਾਈ ਜਾਨ, 19 ਲੱਖ ਰੁਪਇਆ ਜੀ, 19 ਲੱਖ ਰੁਪਇਆ ਸਰ। 12 ਮਾਡਲ ਐਕਸ ਲਈ 19.25 ਲੱਖ ਦੇਣੀ ਸਰ, 19.25 ਲੱਖ ਰੁਪਇਆ ਜੀ, 19.25 ਲੱਖ ਜੀ, 19.5 ਲੱਖ ਰੁਪਇਆ, 19.5 ਲੱਖ ਜੀ, 20 ਲੱਖ ਰੁਪਇਆ, 20 ਲੱਖ ਰੁਪਇਆ ਜੀ, 20 ਲੱਖ ਰੁਪਏ ਤੋਂ ਵਧੋ ਭਾਈ ਜਾਨ। ਜਿਹੜੇ ਦੋਸਤ ਐਕਸ ਲਈ ਗੱਡੀ ਲੈਣ ਆਏ ਨੇ 12 ਮਾਡਲ ਦੀ, ਇਸ ਗੱਡੀ ਦੀ ਬੋਲੀ ਦਿਓ, ਇਹ ਗੱਡੀ ਤੁਹਾਨੂੰ ਲੈ ਕੇ ਦਈਏ ਮੁਨਾਸਬ ਪੈਸਿਆਂ ਦੇ ਵਿੱਚ। ਬਿਸਮਿਲ੍ਲਾ ਕਰੋ ਜੀ, 20 ਲੱਖ ਰੁਪਇਆ। ਬਾਬਾ ਜੀ 20 ਮਿੰਟ ਦਾ ਟਾਈਮ ਦਿੱਤਾ ਜਾਏਗਾ, ਤਸੱਲੀਆਂ ਕਰ ਲੈਣਾ, ਨਾ ਪਸੰਦ ਆਵੇ ਬਿਆਨਾ ਵਾਪਸ, ਕੋਈ ਗੱਲ ਨਹੀਂ। ਪਹਿਲੇ ਆਪਾਂ ਰੇਟ ਸੈੱਟ ਕਰੀਏ, ਗੱਡੀ ਤੇ ਡਨ ਕਰੀਏ ਜੀ। ਭਾਈ ਜਾਨ ਲਾਓ ਪੈਸੇ, 20 ਲੱਖ ਰੁਪਇਆ ਸਰ, 20 ਲੱਖ ਰੁਪਏ ਤੋਂ ਵਧੋ ਭਾਈ ਜਾਨ, 20 ਲੱਖ ਰੁਪਇਆ, 20 ਲੱਖ 20 ਹਜ਼ਾਰ ਜੀ, 20 ਲੱਖ ਤੇ 20 ਹਜ਼ਾਰ ਰੁਪਇਆ ਜੀ, 20 ਲੱਖ 20 ਹਜ਼ਾਰ ਜੀ, 20 ਲੱਖ 20 ਹਜ਼ਾਰ ਰੁਪਇਆ ਭਾਈ ਜਾਨ, 20 ਲੱਖ 20 ਹਜ਼ਾਰ ਰੁਪਏ ਤੋਂ ਵਧੋ ਜੀ, 20 ਲੱਖ 20 ਹਜ਼ਾਰ ਰੁਪਇਆ, 20 ਲੱਖ 20 ਹਜ਼ਾਰ ਰੁਪਇਆ ਦੇਣੀ ਸਰ, 20 ਲੱਖ 20 ਹਜ਼ਾਰ ਦੀ ਕਿੰਨੇ ਦੇਣੀ ਜੇ? ਲਓ ਜੀ 21.5 ਲੱਖ ਰੁਪਏ ਦੀ ਆਉਂਦੇ ਫਾਈਨਲ ਗੱਡੀ ਦੇਣੀ ਹੈ। ਆਪਣੀ ਸੋਹਣੀ ਜੀ ਆਫਰ ਦਿਓ ਤੇ ਉਹਨਾਂ ਨੂੰ ਫਿਰ ਪੁੱਛ ਲੈਂਦੇ ਇੱਕ ਵਾਰੀ ਜੀ। ਬਾਬਾ ਜੀ ਹੈ ਕਿ ਵੀਰ ਭਰਾ ਇੱਥੇ ਖੜਾ, 12 ਮਾਡਲ ਐਕਸਲ ਹੀ ਲੈਣ ਵਾਲਾ, ਆਪਣੀ ਆਫਰ ਦਿਓ ਸੋਹਣੀ ਜੀ, ਗੱਡੀ ਤੁਹਾਨੂੰ ਲੈ ਕੇ ਦਈਏ ਜੀ। ਭਾਈ ਜਾਨ ਲਾਓ ਪੈਸੇ ਸਰ, ਹਾਂਜੀ ਬਿਸਮਿਲ੍ਲਾ ਕਰੋ ਭਾਈ ਜਾਨ, ਲਾਓ ਪੈਸੇ, ਖੁੱਲੇ ਦਿਲ ਨਾਲ ਮੁੱਲ ਲਓ। ਗੱਡੀ ਦਾ ਰੇਟ ਜਾਇਜ਼ ਹੈ, ਉਹਨਾਂ ਨੇ ਡਿਮਾਂਡ ਜਿਹੜੀ ਕੀਤੀ ਮਕੂਲ ਕੀਤੀ, ਲਿਹਾਜ਼ਾ ਤੁਸੀਂ ਵੀ ਸੋਹਣੀ ਜੀ ਆਫਰ ਦਿਓ ਤੇ ਗੱਡੀ ਤੁਹਾਨੂੰ ਲੈ ਕੇ ਦਈਏ ਜੀ। ਭਾਜੀ ਬਿਸਮਿਲ੍ਲਾ ਕਰੋ, ਲਓ ਪੈਸੇ, ਹਾਂਜੀ 20 ਲੱਖ 20 ਹਜ਼ਾਰ 20-25 ਦੀ ਦੇ ਦਿਓ ਸਰ, ਦੇਣੀ ਇਹ ਬਣੋ ਬਿਆਨਾ ਦਿਓ ਗੱਡੀ ਸਰ, ਦੇ ਦਿਓ ਦੇ ਦੇ। ਲਓ ਜੀ 21 ਲੱਖ ਰੁਪਏ ਦੀ ਫਾਈਨਲ ਗੱਡੀ ਦਿੰਦੇ ਜੀ, 21 ਲੱਖ ਰੁਪਏ ਦੀ ਜੀ। ਹੈ ਵੀ ਵੀਰ ਭਰਾ ਜੀ 21 ਲੱਖ ਰੁਪਏ ਦੀ 12 ਮਾਡਲ ਐਕਸਲ ਹੀ ਮੁਨਾਸਬ ਗੱਡੀ ਹੈ, ਮੁਨਾਸਬ ਪੈਸਿਆਂ ਦੇ ਵਿੱਚ। ਜਿਹੜੇ ਦੋਸਤ ਨੇ ਲੈਣੀ ਹੈ ਉਹ ਸੋਹਣੀ ਜੀ ਆਫਰ ਦਿਓ, 20 ਲੱਖ 25 ਹਜ਼ਾਰ ਲੱਗ ਗਿਆ, 21 ਲੱਖ ਰੁਪਏ ਦੀ ਗੱਡੀ ਮਿਲ ਜੀ, 20 ਲੱਖ 50 ਹਜ਼ਾਰ ਰੁਪਇਆ ਲਿਆਓ ਜੀ ਪਿਆਨਾ, ਇਹ ਬਣੋ ਜੀ ਲਿਓ ਜੀ, ਪੁੱਛੀਏ 20-50 ਦਾ ਪਿਆਨਾ ਦਿਓ, ਲਓ ਸਰ ਬਿਸਮਿਲ੍ਲਾ ਕਰੋ, ਦਿਓ ਗੱਡੀ 20-50 ਦੀ ਗੱਡੀ ਦੇ ਦਿਓ ਭਾਈ ਜਾਨ ਸਰ, ਦੇ ਦਿਓ
ਸਰ ਸਹੀ ਹੈ, ਦੇ ਦਿਓ। ਨਹੀਂ ਨਹੀਂ ਦੇ ਦਿਓ, ਉਹ ਦੇ ਦਿਓ ਭਾਅ ਜੀ, ਫੜ ਲਓ ਆਦਮ ਸਾਹਿਬ, ਫੜ ਲਓ। ਸਾਨ ਭਾਈ ਤੁਹਾਡੇ ਨਾਲ ਡੀਲ ਬਣਨੀ ਹੈ, ਲਾਗੇ ਆਓ ਜ਼ਰਾ, ਆ ਜਾਓ ਆ ਜਾਓ ਆ ਜਾਓ, ਬਿਸਮਿਲਾ ਕਰੋ, ਮਿਹਰਬਾਨੀ ਕਰੋ ਤੇ ਦਿਓ ਗੱਡੀ। ਇਹ ਮੁੰਡਿਆਂ ਦਾ ਕੰਮ ਨੀ ਹੈ। ਡਿਮਾਂਡ ਹੈ ਛੱਤ ਡਿੱਗੀ ਬੋਨਟ ਜਾਂਦਾ ਬਾਰਾਂ ਮਾਡਲ ਪੱਕੀ ਲਓ ਪੈਸੇ ਯਾਰ, ਬਿਸਮਿਲਾ ਕਰੋ। 19 ਲੱਖ ਰੁਪਇਆ ਜੀ, ਸਵਾ 19 ਲੱਖ ਰੁਪਇਆ, ਸਵਾ 19 ਲੱਖ ਜੀ, ਸਵਾ 19 ਲੱਖ ਰੁਪਏ ਦੋਨਾਂ ਪਾਈ ਜਾ, ਸਾਢੇ 19 ਲੱਖ ਰੁਪਇਆ ਪਾਈ ਜਾਣ 60 ਲੱਖ ਰੁਪਇਆ ਪਾਈ ਜਾਣ 60 ਲੱਖ ਰੁਪਏ ਦਾ ਪਤਾ ਜੀ 60 ਲੱਖ ਰੁਪਏ ਦਾ ਆਪਣੀ ਓਫਰ ਦਵੇ 20 ਲੱਖ 60 ਹਜ਼ਾਰ ਰੁਪਇਆ 20 ਲੱਖ ਦੀ ਗੱਡੀ ਦੇਣੀ ਐ ਫੜੋ ਬਿਸਮਿਲਾ ਕਰੋ ਲਓ ਯਾਰ ਪੈਸੇ ਹੈ ਵੀਰ ਭਰਾ, 12 ਮਾਡਲ XL 6 ਡਿੱਗੀ ਬੋਨਟ ਜੈਨੂਇਨ ਵਾਲੀ ਲੈਣ ਵਾਲਾ, ਜੇ ਕੋਈ ਹੈ ਤੇ ਆਪਣੀ ਆਫਰ ਦੇਵੇ ਜੀ। ਸਰ ਹੈ ਵੀ ਵੀਰ ਭਰਾ ਜੀ, ਭਾਜੀ 21 ਲੱਖ ਦੀ ਗੱਡੀ ਦੇਣੀ ਜੀ, ਦੇ ਦੋ ਦੇ ਦਿਓ ਮੈਂ ਦੇਣਾ ਜੀ। ਖਾਲਸਾ 21 ਲੱਖ ਰੁਪਇਆ, ਦੁਬਾਰਾ ਆਪਸ਼ਨ ਕਰ ਲੈਣਾ, ਇਹਨਾਂ ਦਾ ਨੰਬਰ ਨੋਟ ਕਰੋ, ਕਲਿੱਪ ਬਣਾਓ ਇਹਨਾਂ ਹਾਂਜੀ, 4.25 ਲੱਖ ਰੁਪਇਆ ਜੀ, 3,75,000 ਰੁਪਇਆ ਲਵਾ ਦਿੱਤਾ ਜੀ, 3,75,000 ਰੁਪਏ ਤੋਂ ਪਤਾ ਜੀ, 3,75,000 ਰੁਪਇਆ 3,75,000 ਜੀ, ਹਾਂਜੀ 3,75,000 ਰੁਪਇਆ ਹੈ ਕਿ ਵੀਰ ਭਰਾ ਜੀ, ਲਓ ਪੈਸੇ, ਬਿਸਮਿਲਾ ਕਰੋ ਭਾਈ ਜਾਨ, ਹੈ ਕਿ ਵੀਰ ਭਰਾ ਜੀ, ਲਓ ਪੈਸੇ ਸਰ, ਹਾਂਜੀ ਲੱਗਦਾ ਕੋਈ ਨੀ ਹੈਗਾ, ਕਰ ਲੈਂਦੇ
ਅਗਲੀ ਗੱਡੀ ਚੱਲੀ ਖੜੀ ਰਹਿਣ ਦੇ ਹੋ ਜਾਂਦਾ ਕੋਈ ਇੰਟਰਸਟਿਡ ਹੈ ਤੇ ਗੱਡੀ ਚੈੱਕ ਕਰ ਲਓ ਤੁਹਾਨੂੰ ਮੁਨਾਸਬ ਲੈ ਜਾਂਦੇ।